ਬਸ ਯਾਰ ਬਸ। ਹਾਂਜੀ ਹਾਂਜੀ, ਕਿਸ ਵਾਸਤੇ ਆਏ ਜੀ ਤੁਸੀਂ ਇੱਥੇ? ਅੱਜ ਇੱਥੇ ਅੱਜ ਸਾਰਾ ਪੱਤਰਕਾਰ ਭਾਈਚਾਰਾ ਬਲਵਿੰਦਰ ਸਿੰਘ ਪੱਤਰਕਾਰ ਦੇ ਹੱਕ 'ਚ ਆਏ ਜੀ। ਇਹ ਇਹਨਾਂ ਨੇ ਐਡ ਲਾਈ ਸੀ ਫਤਿਹ ਅਕੈਡਮੀ ਦੀ, ਪਿੱਛੇ ਜੇ ਲਗਭਗ 2 ਸਾਲ ਹੋ ਗਏ। ਉਸ ਤੋਂ ਬਾਅਦ ਮੇਰੇ ਖਿਆਲ 20-25 ਵਾਰੀ ਇਹ ਫਤਿਹ ਅਕੈਡਮੀ ਦੇ ਅੰਦਰ ਗਏ, ਰਜਿਸਟਰ 'ਤੇ ਹਾਜ਼ਰੀ ਪਵਾ ਕੇ ਪੈਸੇ ਮੰਗਣ ਗਏ। ਇਹ ਫਤਿਹ ਅਕੈਡਮੀ ਦੇ ਚੇਅਰਮੈਨ ਜਾਂ ਉਹਨਾਂ ਦੇ ਪ੍ਰਬੰਧਕਾਂ ਨੇ ਲਾਰੇ ਲਾ ਕੇ ਇਹਨਾਂ ਨੂੰ ਉੱਥੋਂ ਵਾਪਸ ਭੇਜਤਾ। ਪਰਸੋਂ ਚੌਥ ਦੀ ਗੱਲ ਆ, ਇਹ ਫਿਰ ਉਸੇ ਕੰਮ ਲਈ ਆਏ ਆਪਣੀ ਐਡ ਦੇ ਪੈਸੇ ਲੈਣ। ਇਹਨਾਂ ਨੂੰ ਗੇਟ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ, ਇਹ ਇਸੇ ਕਰਕੇ ਕਿ ਕਿਉਂਕਿ ਪੈਸੇ ਲੈਣੇ ਸੀ। ਅਤੇ ਸਾਰਾ ਪੱਤਰਕਾਰ ਭਾਈਚਾਰਾ ਅੱਜ ਇਸ ਕਰਕੇ ਰੋਸ ਪ੍ਰਗਟ ਕਰਨ ਆਇਆ ਕਿ ਇੱਕ ਪੱਤਰਕਾਰ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ, ਹਜੇ ਉਸਨੇ ਆਪਣੇ ਹੱਕ ਹਲਾਲ ਦੀ ਕਮਾਈ ਦੇ ਪੈਸੇ ਲੈਣੇ। ਨਹੀਂ ਮਿਲਣਗੇ ਕੀ ਕਰੋਗੇ? ਅਗਰ ਨਹੀਂ ਦਿੰਦੇ ਜੀ ਤਾਂ ਕੋਈ ਨਹੀਂ, ਉਹ ਕਾਨੂੰਨੀ ਕਾਰਵਾਈ ਕਰਾਂਗੇ। ਸਾਰੇ ਸਬੂਤ ਹੈਗੇ ਆ, ਬਿੱਲ ਹੈਗੀ, ਕਾਪੀ ਹੈਗੀ ਹੈ, ਆਪਣੀ ਕਾਨੂੰਨੀ ਰਾਏ ਲੈ ਕੇ ਅਗਲੀ ਕਾਰਵਾਈ ਕਰਾਂਗੇ। ਠੀਕ ਹੈ ਜੀ।